ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਲਗੁਲਗਾ। ਇਹ ਆਸਟ੍ਰੇਲੀਆ ਦਾ ਪਹਿਲਾ ਸਿੱਖ ਟੈਂਪਲ ਹੈ ਜਿੱਥੇ ਸਿੱਖਾਂ ਨੇ ਆਪਣੀ ਹੋਂਦ ਸਥਾਪਿਤ ਕੀਤੀ। ਇੱਥੋਂ ਜਿੰਨੀ ਵੀ ਸਿੱਖ ਸੰਗਤ ਹੁਣ ਇਸ ਵੇਲੇ ਆਸਟ੍ਰੇਲੀਆ ਵਿੱਚ ਮੌਜੂਦ ਹੈ, ਕਿਤੇ ਨਾ ਕਿਤੇ ਆਪਣਾ ਅਕਸ ਇਸ ਜਗ੍ਹਾ 'ਤੇ ਜ਼ਰੂਰ ਲੱਭਦੀ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਸਿੱਖ ਟੈਂਪਲ ਗੁਲਗੁਲਗਾ। ਇਹ ਤੁਹਾਨੂੰ ਲੈ ਕੇ ਜਾ ਰਿਹਾ ਜੀ ਹੁਣ ਆਸਟ੍ਰੇਲੀਆ ਦਾ ਪਹਿਲਾ ਸਿੱਖ ਗੁਰਦੁਆਰਾ ਜੋ ਕਿ ਗੁਲਗੁਲਗਾ ਵਿੱਚ ਸਥਿਤ ਹੈ। ਇੱਥੇ ਇੱਕ ਬੋਰਡ ਵੀ ਲੱਗਾ ਹੋਇਆ ਜਿਹੜਾ ਕਿ ਸਾਨੂੰ ਦੱਸਦਾ ਵੀ ਹੈ ਕਿ ਗੁਲਗੁਲਗਾ ਪਹਿਲਾ ਟੈਂਪਲ ਹੈ ਸਿੱਖ ਟੈਂਪਲ। ਬੋਰਡ ਦੇ ਉੱਤੇ ਪੜ੍ਹ ਸਕਦੇ ਹੋ ਜੀ ਵਾਹਿਗੁਰੂ ਜੀ। ਸੋ 8 June 1968 ਦੇ ਵਿੱਚ ਖੁੱਲਿਆ, ਸੈਨੇਟਰ ਆਰ ਸੀ ਰਾਈਟ ਦੇ ਵੱਲੋਂ ਖੋਲ੍ਹਿਆ ਗਿਆ ਪਹਿਲਾ ਸਿੱਖ ਗੁਰਦੁਆਰਾ ਗੁਲਗੁਲਗਾ ਦੇ ਵਿੱਚ। ਸਾਨੂੰ ਵੀ ਬੜਾ ਮਾਣ ਮਹਿਸੂਸ ਹੈ ਜੀ ਕਿ ਇਸੇ ਮਹੀਨੇ ਦੇ ਵਿੱਚ ਅਸੀਂ ਇੱਥੇ ਵਿਜ਼ਿਟ ਕੀਤਾ, ਇੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ। ਅੱਜ 16 June ਹੈ ਅਤੇ ਇਹ 8 June ਨੂੰ ਖੁੱਲ੍ਹਿਆ ਗੁਰਦੁਆਰਾ ਸਨ 1968 8th of June 1968। ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਹ ਗੁਰਦੁਆਰਾ, ਇਸ ਗੁਰਦੁਆਰੇ ਦੇ ਨਾਲ ਬਣਾਇਆ ਗਿਆ ਨਵਾਂ ਗੁਰਦੁਆਰਾ। ਅਜੇ ਵੀ ਕੁਛ ਕੰਮ ਜਿਹੜਾ ਕਿ ਲੈਂਡਸਕੇਪਿੰਗ ਦਾ ਕਹਿ ਸਕਦੇ ਹਾਂ ਇਸ ਦੇ ਬਾਹਰ ਬਾਕੀ, ਪਰ ਬਹੁਤ ਹੀ ਖੂਬਸੂਰਤ ਗੁਰਦੁਆਰਾ ਬਣਾਇਆ। ਸਾਰੇ ਹੀ ਵੇਖ ਰਹੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਗੁਲਗੁਲਗਾ ਦੇ ਵਿੱਚ ਸਥਿਤ ਦੂਸਰੇ ਗੁਰਦੁਆਰੇ ਜੋ ਕਿ ਇਸ ਗੁਰਦੁਆਰੇ ਉਪਰੰਤ ਬਣਿਆ, ਜਿਸ ਦੇ ਦੂਜੇ ਪਾਸੇ ਸਿੱਖ ਮਿਊਜ਼ੀਅਮ ਵੀ ਹੈ ਅਤੇ ਉੱਥੇ ਸਿੱਖ ਇਤਿਹਾਸ ਨਾਲ ਅਤੇ ਆਸਟ੍ਰੇਲੀਅਨ ਕਲਚਰ ਦੇ ਨਾਲ ਜੋ ਕਿ ਸਿੱਖਾਂ ਨੇ ਭੂਮਿਕਾ ਨਿਭਾਈ ਆਸਟ੍ਰੇਲੀਆ ਦੇ ਵਿੱਚ ਆ ਕੇ, ਉਸ ਦੇ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਤੁਹਾਨੂੰ ਲੈ ਕੇ ਚੱਲਦੇ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਆਪ ਕਰੇ ਸੱਚ ਅਲਖ ਅਪਾ। ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਥੋਂ ਦੇ ਸਥਾਨਕ ਵਸਨੀਕਾਂ ਦੇ ਨਾਲ ਗੱਲ ਕਰਾਉਣ ਅਤੇ ਇਹਨਾਂ ਤੋਂ ਪਤਾ ਕਰਦੇ ਹਾਂ ਵੀ ਇਸ ਗੁਰਦੁਆਰੇ ਦੀ ਕੀ ਮਹੱਤਤਾ ਹੈ ਜਾਂ ਕਿਉਂ ਇਹ ਗੁਰਦੁਆਰਾ ਜਾਣਿਆ ਜਾਂਦਾ ਅਤੇ ਇਸ ਇਲਾਕੇ ਦੇ ਬਾਰੇ ਕੀ ਖਾਸੀਅਤ ਹੈ।
ਲਓ ਜੀ ਰਜਿੰਦਰ ਸਿੰਘ ਅਟਵਾਲ ਜੀ ਹੋਰਾਂ ਦੇ ਨਾਲ ਆਪਾਂ ਗੱਲ ਕਰਾਂਗੇ। ਇਹ ਸਾਨੂੰ ਪਹਿਲਾਂ ਦੱਸਣਗੇ ਜੀ ਕਿ ਇਸ ਗੁਰਦੁਆਰੇ ਦੀ ਕੀ ਮਹੱਤਤਾ ਹੈ ਅਤੇ ਫਿਰ ਇਸ ਇਲਾਕੇ ਬਾਰੇ ਕੀ ਖਾਸ ਹੈ। ਹਾਂਜੀ ਪਹਿਲਾਂ ਇਹ ਆਪਣਾ ਏਰੀਆ ਜਿਹੜਾ ਬਜ਼ੁਰਗ ਹੈ ਨਾ, ਇੱਥੇ ਸੈਟਲਮੈਂਟ ਹੋਈ ਆ ਆਪਣੇ ਬੰਦੇ ਆਉਣ ਲੱਗ ਪਏ ਇੱਥੇ 1950 ਦੇ ਲਾਗੇ ਸ਼ਾਦੀ ਆਉਣ ਲੱਗ ਪਿਆ, ਸਿੱਖ ਫੈਮਲੀਆਂ ਥੋੜ੍ਹੀਆਂ ਆਈਆਂ ਜੀ। ਅਤੇ ਪਹਿਲਾ ਗੁਰਦੁਆਰਾ ਬਣਿਆ ਹੇਸਟਿੰਗ ਸਟਰੀਟ ਦੇ ਵਿੱਚ, ਉਹ 7-8 ਫੈਮਲੀਆਂ ਨੇ ਰਲ ਕੇ ਬਣਾਇਆ। ਅੱਛਾ ਜੀ। ਅਤੇ ਫਿਰ 7-8 ਫੈਮਲੀਆਂ ਨੇ ਆਹ ਬਣਿਆ ਗੁਰਦੁਆਰਾ, ਸਮਝ ਲਓ ਇੱਥੇ ਪਹਿਲਾਂ ਛੋਟੀ ਬਿਲਡਿੰਗ ਸੀਗੀ। ਅੱਛਾ ਜੀ। ਇਹ ਬਣਿਆ ਹੈਗਾ 1967-68 ਦੇ ਲਾਗੇ ਹੈ ਨਾ। ਓਕੇ, 68 ਉਹ 67 ਚ ਉਹ ਖੁੱਲ੍ਹਿਆ ਸੀਗਾ। ਠੀਕ ਹੈ ਜੀ, ਹੈ ਨਾ। ਅਤੇ ਵੈਸੇ ਰੀਅਲੀ ਹੁਣ ਤਾਂ ਤੁਸੀਂ ਆਪੇ ਦੇਖਦੇ ਅਤੇ ਆਪਣੇ ਬੰਦਿਆਂ ਨੇ ਕਿੰਨਾ ਆਰਾਮ ਵਾਲਾ ਲੱਗਾ ਹੈ। ਅਤੇ ਇੱਥੋਂ ਦੀ ਕੀ ਲਗਭਗ ਜਿਹੜੀ ਵਸਨੀਕ ਨੇ ਉਹ ਕਿੰਨੇ ਕੁ ਟੋਟਲ ਹੋਣਗੇ, ਟੋਟਲ ਪਾਪੂਲੇਸ਼ਨ ਕੀ ਤੁਸੀਂ ਮਾਪ ਰਹੇ ਹੋ? ਆਪਣੇ ਬੰਦੇ ਆ ਆਪਣੇ ਜਿਹੜੇ ਆਪਣੇ ਸਟੂਡੈਂਟ ਪੜ੍ਹਨ ਆਏ ਉਹ ਪੱਕੇ ਹੋਣ ਨੂੰ ਆਏ, ਉਹਨਾਂ ਦੇ ਮਾਂ ਪਿਓ ਵੀ ਆਉਂਦੇ ਨਾ, ਉਹਨਾਂ ਦੀ ਹੈਲਪ ਕਰਨ ਨਿਆਣਿਆਂ ਨੂੰ ਬਾਕੀ ਉਹ ਕੰਮ ਕਰਦੇ ਜਾਂਦੇ। ਠੀਕ ਹੈ ਜੀ। ਅਤੇ ਹੋਰ ਇਸ ਇਲਾਕੇ ਬਾਰੇ ਸਾਨੂੰ ਕੀ ਦੱਸ ਸਕਦੇ ਹੋ? ਇਸ ਗੁਰਦੁਆਰਾ ਤਾਂ ਬਿਲਕੁਲ ਇੱਥੇ ਸਥਾਪਿਤ ਹੈਗਾ ਹੀ ਆ ਜੀ। ਇਹ ਪਹਿਲਾਂ ਬਣਾਉਣਾ ਕੋਈ ਨਹੀਂ ਜੀ ਸਾਰਾ। ਅੱਛਾ ਜੀ। ਹਾਂਜੀ ਹਾਂਜੀ। ਇੱਥੇ ਕੇਲਾ ਹੀ ਹੁੰਦਾ ਸੀਗਾ। ਓਕੇ। ਆਪਣੇ ਬਾਕਮਾਲ ਪੰਜਾਬੀ ਹੈ ਜੀ, ਇੰਡੀਆ ਦੇ ਵਿੱਚ ਪੜ੍ਹ ਕੇ ਵੀ ਆਏ ਨੇ ਅਤੇ ਦੱਸ ਰਹੇ ਨੇ ਕਿ ਇਹਨਾਂ ਦੇ ਜੋ ਵੱਡੇ ਬਜ਼ੁਰਗ ਸੀਗੇ 1896 ਦੇ ਵਿੱਚ ਸਭ ਤੋਂ ਪਹਿਲਾਂ ਆਏ ਸੀਗੇ ਜੀ, ਕੁਈਨਜ਼ਲੈਂਡ ਦੇ ਵਿੱਚ ਆਏ ਸੀ। ਕੇਨਸ ਦਾ ਇਹਨਾਂ ਦਾ ਅਟਵਾਲ ਜੀ ਦਾ ਆਪਣਾ ਬਰਥ ਹੈ ਜੀ। ਅਤੇ ਹੁਣ ਤੁਸੀਂ ਇੱਥੇ ਤਾਂ ਵਸਨੀਕ ਹੋਈ ਸੀ? ਕੌਫ ਸਾਰਬਰ ਰਹਿੰਦੇ ਨੇ। ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਅਤੇ ਮਿਹਰਬਾਨੀ ਸਾਡੇ ਨਾਲ ਸਾਂਝ ਪਾਉਣ ਦੇ ਲਈ। ਬਾਕੀ ਆਪਣੇ ਸਿੱਖਾਂ ਦਾ ਆਪਣੇ ਗੁਰਦੁਆਰਿਆਂ ਦਾ ਨਾਂ ਸੰਗਤ ਦੇ ਮੂਹਰੇ ਕਰਦੇ। ਹਾਂਜੀ, ਅਸੀਂ ਲੈ ਕੇ ਜਾ ਰਹੇ ਜਿੰਨੀ ਸਾਡੀ ਕੋਸ਼ਿਸ਼ ਹੈ ਜੀ। ਅਸੀਂ ਹੁਣ ਥੋੜ੍ਹੀ ਹੋਰ ਇਨਫੋਰਮੇਸ਼ਨ ਲਵਾਂਗੇ ਇਹਨਾਂ ਦੇ ਕੋਲੋਂ ਵੀ, ਜਿਹੜੀ ਬਨਾਨਾ ਪਲਾਂਟੇਸ਼ਨ ਹੈ ਖਾਸ ਕਰਕੇ ਉਹ ਇੱਥੇ ਕਿਸ ਤਰ੍ਹਾਂ ਚੱਲੀ, ਕਿਵੇਂ ਪ੍ਰਚਲਿਤ ਹੋਇਆ ਬਨਾਨਾ, ਜਾਂ ਫਿਰ ਇਸ ਏਰੀਆ ਕਿੰਨਾ ਕੁ ਇਹਦੀ ਪ੍ਰੋਡਕਸ਼ਨ, ਕਿੰਨੀ ਪੈਦਾਵਾਰ ਹੈ, ਆਓ ਜੀ ਪੁੱਛਦੇ ਹਾਂ। ਅਤੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਪਰਮਿੰਦਰ ਸਿੰਘ। ਪਰਮਿੰਦਰ ਸਿੰਘ ਹੋਰਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਜੀ, ਅਤੇ ਇਹ ਸਾਨੂੰ ਦੱਸਣਗੇ ਕਿ ਬਨਾਨਾ ਪਲਾਂਟੇਸ਼ਨ ਇੱਥੇ ਸਪੈਸੀਫਿਕਲੀ ਕਿਉਂ ਜ਼ਿਆਦਾ ਹੋਈ ਹੈ, ਕਿਉਂ ਹੋ ਰਹੀ ਹੈ? ਕਿਉਂ ਜ਼ਿਆਦਾ ਹੋਈ ਤਾਂ ਨਹੀਂ ਮੈਂ ਦੱਸ ਸਕਦਾ, ਵੀ ਤੁਹਾਡੇ ਲਿਮਿਟਡ ਲੈ। ਅੱਛਾ ਜੀ। ਪਰ ਆਪਣਾ ਸਾਰੀਆਂ ਹਿੱਲਾਂ ਜਿਵੇਂ ਅੰਕਲ ਨੇ ਦੱਸਿਆ ਸੀਗਾ ਤੁਹਾਨੂੰ ਪਹਿਲਾਂ, ਵੀ ਇਹ ਸਾਰੇ ਬਨਾਨਾ ਹੀ ਹੁੰਦਾ ਸੀ ਇੱਥੇ। ਦੱਸ ਗੋਇੰਗ ਬੈਕ 20-25 ਈਅਰਸ ਸੀਗਾ, 20-25 ਸਾਲ ਪਹਿਲਾਂ ਦੱਸ ਰਹੇ ਨੇ ਜੀ ਕਿ ਬਨਾਨਾ ਜਿਹੜਾ ਹੈ ਜ਼ਿਆਦਾ ਖਾਸ ਤਰ੍ਹਾਂ ਇੱਥੇ ਪੈਦਾਵਾਰ ਸੀਗੀ। 75% ਆਫ ਆਸਟ੍ਰੇਲੀਅਨ ਪ੍ਰੋਡਕਸ਼ਨ ਵਾਸ ਕਮਿੰਗ ਆਊਟ ਆਫ ਹੇਅਰ। ਸੋ 75% ਇਹਦੀ ਜਿਹੜੀ ਕੁੱਲ ਪੈਦਾਵਾਰ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਇੱਥੇ ਹੋ ਰਹੀ ਸੀਗੀ। ਲਓ ਜੀ, ਇਹ ਸੀਗਾ ਸਾਡੀ ਗੱਲਬਾਤ ਇੱਥੋਂ ਦੇ ਵਸਨੀਕਾਂ ਦੇ ਨਾਲ ਕਿ ਕੀ ਇੱਥੇ ਹੋ ਰਿਹਾ, ਕੀ ਇੱਥੇ ਚੱਲ ਰਿਹਾ। ਅਤੇ 1896 ਤੋਂ ਇਹਨਾਂ ਦੇ ਜਿਹੜੇ ਵੱਡੇ ਬਜ਼ੁਰਗ ਇੱਥੇ ਆ ਕੇ ਬੈਠੇ ਹੋਏ ਸੀਗੇ ਅਤੇ ਬਾਕੀ ਹੋਰ ਵੀ ਲੋਕ ਇੱਥੇ ਬੜੇ ਪਹੁੰਚੇ ਨੇ ਅਤੇ ਆਪਣਾ ਪੂਰਾ ਚਲਾਓ ਹੈ। 1500 ਬੰਦਿਆਂ ਦਾ ਤਕਰੀਬਨ ਇਹ ਗੱਠ ਦੱਸਦੇ ਨੇ ਜੋ ਕਿ ਇੱਥੇ ਆਪਣੀ ਪੰਜਾਬੀ ਭਾਈਚਾਰਾ ਹੈ। ਅਤੇ ਆਹ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਮਿਊਜ਼ੀਅਮ ਦੇ ਵੱਲ। ਆਓ ਜੀ, ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਗੁਲਗੁਲਗਾ ਸ਼ਹਿਰ ਦੇ ਸਿੱਖ ਮਿਊਜ਼ੀਅਮ ਦੇ ਵਿੱਚ, ਜੋ ਕਿ ਸਾਨੂੰ ਜੋ ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਅਪ੍ਰੈਲ ਵਿਸਾਖੀ ਵਾਲੇ ਦਿਹਾੜੇ ਇਹਦੀ ਓਪਨਿੰਗ ਹੋਈ ਹੈ, ਇਸ ਚੀਜ਼ ਨੂੰ ਖੋਲ੍ਹਿਆ ਗਿਆ। ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ, ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੁਲਗੁਲਗਾ ਜਿਹੜਾ ਗੁਰਦੁਆਰਾ ਹੈ ਜੀ ਉਸ ਦੇ ਓਪੋਜ਼ਿਟ ਬਣਿਆ ਹੋਇਆ। ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਜੋ ਕਿ ਅਸੀਂ ਪਹਿਲਾਂ ਦਿਖਾ ਚੁੱਕੇ ਹਾਂ ਉਹ ਸਾਹਮਣੇ ਸੀਗੇ। ਅਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਅੰਦਰ ਮਿਊਜ਼ੀਅਮ ਦੇ। ਸਭ ਤੋਂ ਪਹਿਲਾਂ ਜੀ ਅਸੀਂ ਇੱਥੇ ਆ ਚੁੱਕੇ ਹਾਂ ਮਿਊਜ਼ੀਅਮ ਦੇ ਅੰਦਰ। ਜਦੋਂ ਹੀ ਆਪਾਂ ਐਂਟਰ ਕਰਦੇ ਹਾਂ ਇਹ ਸੋਹਣੀ ਰਿਸੈਪਸ਼ਨ ਤੁਹਾਡੇ ਸਾਹਮਣੇ, ਜਿਸ ਤੋਂ ਅਸੀਂ ਅੱਗੇ ਲੰਘ ਕੇ ਜਾਵਾਂਗੇ। ਅਤੇ ਇਹ ਜਿਹੜਾ ਮਿਊਜ਼ੀਅਮ ਹੈ ਜੋ ਕਿ ਸਾਨੂੰ ਦੱਸਿਆ ਗਿਆ ਸਥਿਤੀ
ਦੇ ਸਰੂਪ ਦੇ ਵਿੱਚ ਬਣਾਇਆ ਗਿਆ ਚੀਜ਼ਾਂ ਕਿਵੇਂ ਸਿਮੈਟ੍ਰੀਕਲ ਨੇ ਇੱਥੇ ਕਿਵੇਂ ਕਿਵੇਂ ਚੀਜ਼ਾਂ ਹੋਈਆਂ ਜਾਂ ਜਿਹੜੀ ਯੂਨੀਵਰਸ ਦੀ ਸਥਾਪਨਾ ਫਿਰ ਦਸ ਸਾਹਿਬਾਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਥੋਂ ਦੇ ਜਿਹੜੇ ਸਿੱਖ ਸੀਗੇ ਵਰਲਡ ਵਾਰ 1 ਅਤੇ 2 ਦੇ ਵਿੱਚ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਉਹਨਾਂ ਦਾ ਹਿੱਸਾ ਉਸ ਤੋਂ ਬਾਅਦ ਇੱਥੇ ਗੁਲਗੁਲਗਾ ਦੇ ਵਿੱਚ ਜੋ ਇਸਟੈਬਲਿਸ਼ਮੈਂਟ ਪੰਜਾਬੀ ਦੀ ਜਾਂ ਕਮਿਊਨਿਟੀ ਜਿਹੜੀ ਇੱਥੇ ਆ ਕੇ ਜੋ ਯੋਗਦਾਨ ਪਾਇਆ ਇਹ ਆਸਟ੍ਰੇਲੀਆ ਦੇ ਕੰਟਰੀ ਦੇ ਵਿੱਚ ਉਹ ਸਾਰਾ ਕੁਛ ਇੱਥੇ ਇੱਕ ਲੜੀ ਦੇ ਵਿੱਚ ਪਰੋਇਆ ਹੋਇਆ ਅਤੇ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਆਓ ਜੀ ਤੁਹਾਨੂੰ ਲੈ ਚੱਲਦੇ ਹਾਂ ਜੀ ਹੁਣ ਮਿਊਜ਼ੀਅਮ ਦੇ ਅੰਦਰ ਜਿਵੇਂ ਕਿ ਤੁਹਾਨੂੰ ਦੱਸਿਆ ਸਾਰਾ ਕੁਛ ਇੱਥੇ ਇੱਕ ਲੜੀ ਦੇ ਵਿੱਚ ਪਰੋਇਆ ਹੋਇਆ ਚੱਲਦੇ ਹਾਂ ਬਹੁਤ ਹੀ ਸੋਹਣਾ ਹਲਕਾ ਜਿਹਾ ਇੱਥੇ ਮਿਊਜ਼ਿਕ ਚੱਲ ਰਿਹਾ ਜੀ ਜਿਹੜਾ ਕਿ ਇਸਟੈਬਲਿਸ਼ਮੈਂਟ ਦੇ ਨਾਲ ਬਹੁਤ ਹੀ ਵਧੀਆ ਲੱਗਦਾ ਅੰਦਰ ਆ ਕੇ ਕ੍ਰੀਏਸ਼ਨ ਆਫ ਦੀ ਯੂਨੀਵਰਸ ਜੋ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਸਾਰ ਬਣਾਇਆ ਗਿਆ ਇਸ ਪਾਸੇ ਦੀਵਾਰ ਦੇ ਉੱਤੇ ਪਹਿਲੇ ਸਾਹਿਬਾਨ ਜਿਨ੍ਹਾਂ ਦਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਦਸਾਂ ਪਾਤਸ਼ਾਹੀਆਂ ਤੱਕ ਸਾਰੀ ਇੱਥੇ ਇਨਫੋਰਮੇਸ਼ਨ ਸਿੱਖ ਹਿਸਟਰੀ ਦੀ ਟਾਈਮਲਾਈਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜੀ ਅਸੀਂ ਹੁਣੇ ਆਉਣ ਵਾਲੇ ਸਮੇਂ ਦੇ ਵਿੱਚ 550ਵਾਂ ਪ੍ਰਕਾਸ਼ ਗੁਰਪੁਰਬ ਮਨਾਉਣ ਜਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਚੱਲ ਕੇ ਆਉਂਦੇ ਹਾਂ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਹੀ ਲੜੀਵਾਰ ਜਿਸ ਤਰ੍ਹਾਂ ਚੱਲਦਾ ਜਾਏਗਾ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਗੁਰੂ ਹਰ ਰਾਏ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਅਖੀਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਤੋਂ ਬਾਅਦ ਸਿੱਖ ਸ਼ਸਤਰ ਜੋ ਕਿ ਇਸ ਵੇਲੇ ਢਾਲਾਂ ਨੇਜੇ ਤੀਰ ਕਮਾਨ ਖੰਜਰ ਆਦਿ ਵਸਤੂ ਹੁਣ ਅਸੀਂ ਸਿੱਖ ਸਟਰਗਲ ਜਾਂ ਸਿੱਖ ਜੱਦੋ ਜਹਿਦ ਜੋ ਕਿ ਸਿੱਖ ਫੌਜਾਂ ਨੂੰ ਜਾਂ ਸਿੱਖ ਸੰਗਤਾਂ ਨੂੰ ਕਰਨੀ ਪਈ ਆਪਣਾ ਧਰਮ ਬਚਾਉਣ ਖਾਤਰ ਉਸ ਦੇ ਉੱਤੇ ਥੋੜ੍ਹਾ ਜਿਹਾ ਜਾਣਨਾ ਪਾਵਾਂਗੇ ਇਹ ਸਾਰੇ ਭਗਤ ਨੇ ਇਹ ਸਾਰੇ ਸੇਂਟ ਨੇ ਇਹ ਸਾਰੇ ਮਹਾਨ ਹਸਤੀਆਂ ਨੇ ਜਿਨ੍ਹਾਂ ਦੀਆਂ ਬਾਣੀ ਜਾਂ ਜਿਨ੍ਹਾਂ ਦੀਆਂ ਲਿਖਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਭਗਤ ਰਵਿਦਾਸ ਜੀ ਭਗਤ ਜੈਦੇਵ ਜੀ ਭਗਤ ਨਾਮਦੇਵ ਜੀ ਭਗਤ ਧੰਨਾ ਜੀ ਹੋਰ ਕਈ ਐਸੇ ਲੋਕ ਜਿਨ੍ਹਾਂ ਨੇ ਆਪਣੀ ਸੂਝ ਬੂਝ ਕਲਮਬੱਧ ਕੀਤੀ ਅਤੇ ਉਸ ਕਲਮਬੱਧਤਾ ਨੂੰ ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰੋਇਆ ਜੋ ਕਿ ਅੱਜ ਅਸੀਂ ਸਾਡੀ 11ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਦੇਖਦੇ ਹਾਂ ਹੁਣ ਅਸੀਂ ਆ ਚੁੱਕੇ ਹਾਂ ਜੀ ਉਹਨਾਂ ਸਾਜਾਂ ਦੇ ਕੋਲ ਉਹਨਾਂ ਸੁਰ ਦੇ ਸਾਗਰਾਂ ਦੇ ਕੋਲ ਜੋ ਕਿ ਗੁਰੂ ਕੀ ਬਾਣੀ ਉਚਾਰਨ ਦੇ ਵਿੱਚ ਜਾਂ ਗੁਰੂ ਕੀ ਬਾਣੀ ਦਾ ਸਿਮਰਨ ਕਰਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਦਿੰਦੇ ਨੇ ਸਾਰੇ ਉਹਦੇ ਇੰਸਟਰੂਮੈਂਟ ਸਾਰੇ ਸਾਜ ਜਿਵੇਂ ਕਿ ਤਾਨਪੁਰਾ ਸਰੋਦ ਸਰੰਦਾ ਤਬਲਾ
सरंगी दिलरुबा सितार तौस रबाब ये सारिया चीज़ा एक गुरु के सिख में उसके गुरु की बंदनी या गुरु का कीर्तन करने और भी सहायक ने और भी हेल्प कर दिया ने। हुणे तुहानू लै चले जी असीं जो कि इत्थे सिख इतिहास या सिख राज दीआं गल्लां लिखियां होईआं ने। सिख अंपायर की सीगा, किवें सिख फौजां ने शमूरीयत हासिल कीती सिख राज नूं स्थापित करन दे विच, महाराजा रणजीत सिंह जी जिन अफगानिस्तान नूं जित प्राप्त, सरदार हरि सिंह नलवा, भारत की आजादी के अहम योगदान पाने वाले शूरवीर सरदार ऊधम सिंह, सरदार भगत सिंह, सिख कौम का महान योद्धा सरदार संत जरनैल सिंह भिंडरांवाले जी। आओ जी हुण असीं कोच करदे हां जी वर्ल्ड वॉर वन ते टू दे विच जो कि सिख फौजां दा योगदान रहा उहदे बारे, दुनिया दे लड़े गए दो महान युद्ध उहनां दे विच सिख फौजां ने किस प्रकार अपना योगदान पाया, ये सारा कुछ इत्थे दर्ज है। इत्थे तुहानू इस पिक्चर दे विच दसांगे जी क्योंकि इत्थे लिखिया होया कि सब तो पहला श्री गुरु ग्रंथ साहिब जी दा पाठ जो है बनाला विक्टोरिया दे विच 1920 दे विच कीता गया, जो कि एक फार्म सिगा सिंह जी ओन करदे सीगे, उहनां दे सपुत्र हरमन सिंह दे लई पढ़िया गया, उन्हां दे बच्चे ईशर सिंह ने बड़ी ही मतलब कि सो दादा पुत्र ते पोता तीनों ही इस दे विच शामिल। ये आ जी एक पासा म्यूजियम का जिदे उत्ते सारी गुलगुलगे दे विच जिहड़ा पंजाबियां दा योगदान या कदों तो योगदान या किस प्रकार का योगदान साडी कम्यूनिटी ने पाया वो सारा इत्थे इस चीज़ का वर्णन किया होया। इस दे बिल्कुल विच स्थित है जी एक पंजाबी पिंड का मॉडल, जिवें कि असीं तुहानूं सारा ये वाला म्यूजियम दिखाया, इत्थे गुलगुलगे का जिहड़ा
दूसरा गुरद्वारा जिहड़ा बनाया गया वो तुहानू दिखाया। इस तों पहला वाला गुरद्वारा सानू पता लगा जिहड़ा कि दूसरे पासे वो भी तुहानू दिखाया, पर सानू लगता नहीं है कि इस सारे इनफॉर्मेशन नूं या इस सारी चीज़ नूं तुसीं अपनी अखां तों देखना नहीं चाहोगे। इस करके आप सारिआं नूं एक बार हाथ जोड़ के बेनती है कि जदों किसी का भी टाइम लगे, कभी तुसीं ब्रिस्बेन जा रहे हो या तुसीं कॉफ्स हार्बर आए हो, कितने भी हो, मतलब जिधर नूं जा रहे हो अपने परिवार समेत इत्थे जरूर आओ। जो इस इलाके दे या इस इलाके दे लोकां दे जो अपना योगदान पाया या गुरु साहब ने जो बख्शिश की इस इलाके दे उत्ते, वो आके जरूर दे। वाहिगुरु जी का खालसा, वाहिगुरु जी का फतह।